चक्कर तो है तेल पाउण रेडिएटर च इहनू मैं भी टैंकी तेल दी भर दिओ ਇਹ ਕਹਿੰਦੇ ਵੀ ਭਰਤੀ ਹੈ ਟੈਂਕੀ ਤੇਲ ਭਰ ਕੇ ਮੈਨੂੰ ਕਹਿੰਦੇ 56 ਲੀਟਰ ਤੇਲ ਪੈ ਗਿਆ ਮੈਂ ਵੀ 56 ਲੀਟਰ ਦੀ ਟੈਂਕੀ ਨਹੀਂ ਪਾਇਆ ਕਹਿੰਦੇ ਜਾਂ ਕੋਈ ਹੋਰ ਭਾਂਡਾ ਹੈਗਾ ਕੋਈ ਕਹਿੰਦੇ ਤੂੰ ਪੈਸੇ ਦੇਣ ਦਾ ਮਾਰਾ ਕਹਿਣਾ ਮੈਂ ਵੀ ਪੈਸੇ ਮੈਂ ਬਿਲਕੁਲ ਦੇ ਲੈ ਲਓ ਫੜ ਲਓ ਮੈਥੋਂ ਪਰ ਮੇਰੇ ਟੈਂਕੀ ਤੇ ਤੇਲ ਨਹੀਂ ਇੰਨਾ ਪੈਂਦਾ ਇਹ ਤੇ ਕਹਿੰਦੇ ਯਾਰ ਪੈਂਦਾ ਕਿਉਂ ਨਹੀਂ ਮੈਂ ਇੱਕ ਬੰਦਾ ਕਹਿੰਦਾ ਹੋਰ ਸੀ ਅਸੀਂ ਇਹ ਗੱਲ ਦੇ ਮਾਰੇ ਅੜ ਕੇ ਖੜ ਗਏ ਅੱਛਾ ਕਿ ਅਸੀਂ ਤਾਂ ਮਨਾਵਾਂਗੇ ਕਹਿੰਦੇ ਜੇ ਵੱਧ ਨਿਕਲਿਆ ਮੈਂ ਤੁਹਾਨੂੰ 8000 ਰੁਪਇਆ ਦੇਵਾਂਗੇ ਜੇ ਘੱਟ ਗਿਆ ਫਿਰ ਅਸੀਂ ਦੇਖਾਂਗੇ ਕਰਦੇ ਕਰਾਉਂਦੇ ਇਹਨਾਂ ਨੇ ਕਦੋਂ ਅਸੀਂ ਬਾਹਰ ਕੱਢ ਕੇ ਪਰਮਾਨੇ ਨਾਲ ਮਿਲਿਆ ਟਰੈਕਟਰ ਜੀ ਤੇਲ 43 ਲੀਟਰ ਨਿਕਲਿਆ ਟਰੈਕਟਰ ਦੇ ਵਿੱਚੋਂ ਉਹਦੇ ਵਿੱਚ 5-7 ਲੀਟਰ ਸਾਡਾ ਵੀ ਸੀ ਐਡੀ ਵੱਡੀ ਠੱਗੀ ਨੇ ਸਾਡੇ ਨਾਲ ਮਾਰੀ ਹੈ ਜੀ ਹਾਂ ਜੀ ਫਿਰ ਆਹ ਭਾਰਤੀ ਖਾਸ ਨਹੀਂ ਆਏ ਆ ਗਏ ਇਹਨਾਂ ਨੇ ਵੀ ਧਰਨਾ ਲਾ ਤਾ ਇਹ ਕਹਿੰਦੇ ਇਸ ਵੀ ਅਸੀਂ ਇਹ ਤੇ ਕਰਾਂਗੇ ਪਰਚਾ ਨਾ ਤਾਂ ਪਰਚਾ ਦਰਜ ਕਰਿਆ ਨਾ ਕੁਝ ਹੋਰ ਨਾ ਲੜਨ ਪੱਲਾ ਸਾਡੇ ਵਰਗੇ ਤੋਂ ਮਾੜੀ ਜੀ ਕੋਈ ਬੀਂ ਫੜੀ ਭੁੱਕੀ ਫੜੀ ਚੱਕ ਕੇ ਅੰਦਰ ਠੋਕਦੇ ਆ ਇਹਨਾਂ ਬਾਰੇ ਕੋਈ ਸੋਚ ਹੀ ਨਹੀਂ ਰਿਹਾ ਅੱਥੀ ਰੱਥੇ ਰੰਗੀ ਚੋਰ ਫੜਿਆ ਸੀ ਜੋ ਕਿ 2 ਮਹੀਨੇ ਹੋ ਗਏ ਕੈਂਚੀਆਂ ਤੋਂ ਚੀਮਾ ਪਿੰਡ ਦੇ ਪੈਟਰੋਲ ਪੰਪ ਆ ਜਿਹੜਾ ਉਹ ਤੋਂ ਤੇਲ ਪਵਾਇਆ ਸੀ ਉਹਦੇ ਸੈਂਬਰ ਕਿਸਾਨ ਸੈਂਬਰ ਸਿੰਘ ਨੇ ਉਹਨਾਂ ਨੇ 54 ਲੀਟਰ ਟੈਂਕ ਤੇਲ ਪਾਤਾ ਜਿਹੜਾ ਕਿ ਉਹਦੀ ਟੈਂਕੀ ਵਿੱਚ 47 ਲੀਟਰ ਪੈਂਦਾ ਹੈ ਜਦੋਂ ਅਸੀਂ ਮਿਲਿਆ ਕੱਢਿਆ ਤਾਂ 43 ਲੀਟਰ ਹੋਇਆ ਕੁਛ ਟਰੈਕਟ ਦੇ ਵਿੱਚ ਸੀ ਉਹ ਵੱਡੀਆਂ ਠੱਗੀਆਂ ਮਾਰ ਰਹੇ ਆ ਇਦੋਂ ਪਹਿਲਾਂ ਵੀ 2 ਸਾਲ ਉਹਦੇ ਕੋਲ ਗੈਸ ਸੰਦ ਸੀ ਉਦੋਂ ਵੀ ਅਸੀਂ ਚੀਮੀ ਫੜਿਆ ਸੀ 2-3 ਕਿਲੋ ਗੈਸ ਘੱਟ ਸੀ ਇਹ ਵੱਡੇ ਕਾਰੋਬਾਰ ਕਿਸਾਨਾਂ ਦੀ ਲੁੱਟ ਕਰ ਰਹੇ ਪੰਪਾਂ ਵਾਲੇ ਉਹਨੂੰ ਸਬਕ ਸਿਖਾਉਣ ਵਾਸਤੇ ਉਹਤੇ ਪਰਚਾ ਦਰਜ ਕਰਾਉਣ ਵਾਸਤੇ ਉਹਦੇ ਡੀਐਫਸੋ ਫੂਡ ਸਪਲਾਈ ਮਹਿਕਮੇ ਦਾ ਅਫਸਰ ਜ਼ਿੰਮੇਵਾਰੀ ਲੈ ਕੇ ਆਏ ਅਤੇ ਪਰਚਾ ਦਰਜ ਕਰੂੰ ਪੁਲਿਸ ਵਾਲਿਆਂ ਨੇ ਜ਼ਿੰਮੇ ਅਜੇ ਤਾਈਂ ਕੋਈ ਕਾਰਵਾਈ ਨਹੀਂ ਕਰੀ ਉਹ ਕਾਰਵਾਈ ਕਰਾਉਣ ਵਾਸਤੇ ਅੱਜ ਅਸੀਂ ਜਿਹੜਾ ਧਰਨਾ ਸਾਂਝਾ 2 ਜਥੇਬੰਦੀਆਂ ਵੱਲੋਂ ਭਾਰਤੀ ਕਿਸਾਨ ਯੂਨੀਅਨ ਏਕਤਾ ਟਕਾਉਂਦਾ ਅਤੇ ਗਰਾਹਾਂ ਵੱਲੋਂ ਲਾਇਆ ਇਹ ਕਾਰਵਾਈ ਕਰਾ ਕੇ ਹਟਾਂਗੇ ਅਸੀਂ ਪੂਰਾ ਜੋ ਵੀ ਨਾ ਕਰੂੰ ਤਾਂ ਅੱਜ ਅਸੀਂ ਬਲਾਕ ਵੱਲੋਂ ਧਰਨਾ ਲਾਇਆ ਇਸ ਤੋਂ ਬਾਅਦ ਜ਼ਿਲ੍ਹੇ ਦਾ ਲਾਵਾਂਗੇ ਜੇ ਫਿਰ ਵੀ ਨਾ ਕਰੂੰ ਤਾਂ ਪੰਜਾਬ ਪੱਧਰਾ ਘੋਲ ਬਣਾਵਾਂਗੇ ਅਸੀਂ ਕਾਰਵਾਈ ਕਰਾ ਕੇ ਹੀ ਦਮ ਲਵਾਂਗੇ ਪੈਟਰੋਲ ਪੰਪ ਵਾਲੇ ਨੇ ਤੇਲ ਘੱਟ ਪਾਇਆ ਸੀ 14 ਲੀਟਰ 40 ਲੀਟਰ ਪਾ ਕੇ 53 ਲੀਟਰ ਮਸ਼ੀਨ ਨੇ 53 ਦੱਸਿਆ ਸੀ ਸਾਰੇ ਹੀ ਕਰਦੇ ਆ ਅੱਗੇ 3-4 ਪੰਪ ਅੱਗੇ ਵੀ ਅਸੀਂ ਫੜੇ ਆ ਗੈਸ ਚ ਵੀ ਕਰਦੇ ਆ ਇਹ ਸਾਰੇ ਕੁਛ ਕਰਦੇ ਆ ਕੱਲਾ ਪੈਟਰੋਲ ਪੰਪ ਵੀ ਸਾਰੇ ਕਰਦੇ ਆ ਜੇ ਕੋਈ ਪਹਿਲਾਂ 1000 ਦਾ ਤੇਲ ਪਵਾ ਕੇ ਲੈ ਗਿਆ ਸੀ ਉਹ ਵਿੱਚ ਹੀ ਐਡ ਕਰਕੇ ਉਹਨੇ 53 ਲੀਟਰ ਬਣਾਤਾ ਤਾਂ ਹੀ ਪਿਆ ਮੋਟਰਸਾਈਕਲਾਂ 'ਚ ਵੀ 50 ਦਾ ਤੇਲ ਪਾਇਆ ਹੁੰਦਾ ਕਿਸੇ ਨੂੰ ਤਾਂ 100 50 ਦਾ ਦੂਜੇ ਨੂੰ ਪਾ ਕੇ 100 ਲੈ ਲੈਂਦੇ ਇਸ ਤਰ੍ਹਾਂ ਠੱਗੀਆਂ ਵੀ ਮਾਰਦੇ ਆ ਹੋਰ ਵੀ ਕਈ ਢੰਗਾਂ ਦਾ ਕੰਪਿਊਟਰ ਸਿਸਟਮ ਆ ਜਿਵੇਂ ਮਰਜ਼ੀ ਫਟਕਾ ਲੈ ਅੱਜ ਦਾ ਜਿਹੜਾ ਧਰਨਾ ਹੈ ਇੱਕ ਚੀਮਾ ਫਿਲਿੰਗ ਸਟੇਸ਼ਨ ਤੇਲ ਪਾਉਣ ਵਾਲਾ ਪੰਪ ਹੈ ਝੋਨੇ ਦੇ ਸੀਜ਼ਨ 'ਚੋਂ ਪੰਪ ਵਾਲਾ ਫੜਿਆ ਸੀ ਜਿਹਨੇ 47 ਲੀਟਰ ਦੀ ਟੈਂਕੀ 'ਚ 53 ਲੀਟਰ ਤੇਲ ਪਾਤਾ ਟਰੈਕਟਰ ਦੇ 'ਚ ਜਦੋਂ ਉਹ ਮਿਣਿਆ ਤਾਂ 45 ਲੀਟਰ ਹੀ ਨਿਕਲਿਆ ਜਿਹਦੇ 'ਚ 5-4 ਲੀਟਰ ਪਹਿਲਾਂ ਵੀ ਸੀ ਡੀਐਫਓ ਵੀ ਗਈ ਪੁਲਿਸ ਵੀ ਗਈ ਉਹਦੇ 'ਤੇ ਵਿਸ਼ਵਾਸ ਦਵਾ ਕੇ ਧਰਨਾ ਚੁਕਾਇਆ ਵੀ ਇਹ 'ਤੇ ਪੰਪ 'ਤੇ ਕਾਰਵਾਈ ਕੀਤੀ ਜਾਊ ਪਰ 2 ਮਹੀਨਿਆਂ ਦੇ ਲਗਭਗ ਸਮਾਂ ਲੰਘ ਗਿਆ ਉਹ ਪੰਪ 'ਤੇ ਕੋਈ ਕਾਰਵਾਈ ਨਹੀਂ ਹੋਈ ਉਹ ਕਾਰਵਾਈ ਕਰਾਉਣ ਨੂੰ ਅੱਜ ਜਿਹੜਾ ਧਰਨਾ ਹੈ ਡੀਐਫਓ ਦਫ਼ਤਰ ਦੇ ਸਾਹਮਣੇ ਰੱਖਿਆ ਹੈ ਉਸ ਪੰਪ 'ਤੇ ਕਾਰਵਾਈ ਕਰਾਉਣ ਲਈ ਇਹ ਧਰਨਾ ਹੈ ਅੱਜ ਸੰਕੇਤਕ ਹੈ ਜੇ ਤਾਂ ਕਾਰਵਾਈ ਨਾ ਹੋਈ ਆਉਣ ਵਾਲੇ ਦਿਨਾਂ 'ਚ ਤਾਂ ਹੋਰ ਐਕਸ਼ਨ ਲਿਖਿਆ ਜਾਊ ਅਤੇ ਕਾਰਵਾਈ ਕਰਾਉਣ ਨੂੰ ਇਹ ਭਾਰਤੀ ਕਿਸਾਨ ਯੂਨੀਅਨ ਏਕਤਾ ਗਰਾਹਾਂ ਅਤੇ ਵੀ ਭਾਰਤੀ ਕਿਸਾਨ ਯੂਨੀਅਨ ਡਕਾਉਂਦਾ ਵੱਲੋਂ 2 ਜਥੇਬੰਦੀਆਂ ਵੱਲੋਂ ਧਰਨਾ ਅੱਜ ਦਾ।